ਵਿੱਚ ਜਿਹਨੂੰ ਮਰਜ਼ੀ ਛੇੜ ਕੇ ਵੇਖ ਲਓ, ਸਾਰੇ ਕਹਿੰਦੇ ਦੁਖੀ ਆ। ਅਸਲ ਦੁੱਖ ਦਾ ਕਾਰਨ ਕੀ ਹੈ? ਅੱਜ ਸਾਡੇ ਦੁਖੀ ਹੋਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ? ਕਦੇ ਸੋਚਿਆ ਨਹੀਂ? ਸੋਚਿਆ ਅੱਜ ਅਸੀਂ ਜਿਵੇਂ ਸਵੇਰ ਤੋਂ ਉੱਠਦੇ ਹਾਂ ਇਹੀ ਸੋਚਦੇ ਹਾਂ ਵੀ ਸਾਡੇ ਕੋਲ ਲੱਖਾਂ ਰੁਪਈਆ ਆ ਜਾਏ, ਸਾਡਾ ਕੰਮ ਕਾਰ ਵਧੀਆ ਚੱਲ ਜਾਏ, ਅਸੀਂ ਸੁਖੀ ਹੋ ਜਾਵਾਂਗੇ, ਸਾਡੇ ਕੋਲ ਇੰਨੀ ਮਾਇਆ ਆ ਜਾਏ ਅਸੀਂ ਸੁਖੀ ਹੋ ਜਾਵਾਂਗੇ। ਬਾਣੀ ਵਿੱਚ ਵੀ ਸਤਿਗੁਰ ਨੇ ਆਖ ਦਿੱਤਾ, ਸਹਿਸ ਖੱਟੈ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ। ਮਹਾਰਾਜ ਕਹਿੰਦੇ ਹਜ਼ਾਰਾਂ ਰੁਪਈਆ ਕਮਾਉਂਦਾ ਹੋਇਆ ਇਹ ਸੋਚਦਾ ਵੀ ਮੇਰੇ ਕੋਲ ਲੱਖਾਂ ਰੁਪਈਆ ਆ ਜਾਏ, ਪਰ ਇਹ ਨਹੀਂ ਸੋਚਦਾ ਵੀ ਲੱਖਾਂ ਰੁਪਈਆ ਆ ਕੇ ਤੂੰ ਸੁਖੀ ਹੋ ਜਾਏਗਾ। ਦੱਸਿਓ ਜੀ ਮੈਨੂੰ, ਜੇ ਅੱਜ ਸਾਡੇ ਕੋਲ ਹਜ਼ਾਰਾਂ ਰੁਪਈਏ ਆ, ਸਾਡੇ ਕੋਲ ਕੱਲ੍ਹ ਨੂੰ ਲੱਖਾਂ ਰੁਪਈਆ ਆ ਜਾਏ, ਕਰੋੜਾਂ ਰੁਪਈਆ ਆ ਜਾਏ, ਅਸੀਂ ਸੁਖੀ ਹੋ ਜਾਵਾਂਗੇ? ਮਤ ਜਾਣਿਓ, ਪੈਸਾ ਕਿਸੇ ਨੂੰ ਵੀ ਸੁਖੀ ਨਹੀਂ ਕਰ ਸਕਦਾ। ਜੇ ਪੈਸਾ ਸੁਖੀ ਕਰਦਾ ਹੋਏ ਤਾਂ ਤੁਸੀਂ ਹਰ ਰੋਜ਼ ਖਬਰਾਂ ਸੁਣਦੇ ਹੋ, ਅਖਬਾਰਾਂ ਪੜ੍ਹਦੇ ਹੋ, ਆ ਫੇਸਬੁੱਕ ਦੇਖਦੇ ਹੋ, ਵੱਡੇ ਵੱਡੇ ਮਾਇਆਧਾਰੀ ਬੰਦੇ, ਵੱਡੇ ਵੱਡੇ ਬਿਜ਼ਨਸਮੈਨ ਬੰਦੇ ਫਾਹੇ ਲੈ ਲੈ ਕੇ ਮਰਦੇ ਆ। ਕੋ ਸਤਨਾਮ ਸ੍ਰੀ ਵਾਹਿਗੁਰੂ, ਆਤਮ ਹੱਤਿਆ ਕਰ ਜਾਂਦੇ ਆ ਵੱਡੇ ਵੱਡੇ ਮਾਇਆਧਾਰੀ ਬੰਦੇ ਜੀ। ਪੈਸਾ ਨਹੀਂ ਬੰਦੇ ਨੂੰ ਸੁਖੀ ਕਰਦਾ। ਸੁਖੀ ਕਿਹਨੇ ਕਰਨਾ? ਸੁਖੀ ਸਾਨੂੰ ਕਰਨਾ ਆਪਣੇ ਕਰਮਾਂ ਨੇ। ਆਪਣੇ ਕਰਮਾਂ ਵੱਲ ਝਾਤੀ ਮਾਰ ਕੇ ਵੇਖ ਤੂੰ ਕਰ ਕੀ ਰਿਹਾ, ਤੈਨੂੰ ਰੱਬ ਨੇ ਕੀ ਕਰਨ ਵਾਸਤੇ ਭੇਜਿਆ ਸੀ ਦੁਨੀਆਂ ਤੇ? ਕਿਤੇ ਆਪਾਂ ਸੋਚਿਆ ਜੀ ਇਹ ਅਸੀਂ ਦੁਨੀਆਂ ਤੇ ਕੀ ਕਰਨ ਆਏ ਹਾਂ? ਹੁਣ ਅਸੀਂ ਇੱਥੇ ਤੁਹਾਡੇ ਕੋਲ ਪੰਜਾਬ ਤੋਂ ਚੱਲ ਕੇ ਆਏ ਹਾਂ, ਸਾਡਾ ਕੋਈ ਕਾਰਨ ਹੈ? ਅਸੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਤੁਹਾਡੇ ਕੀਰਤਨ ਕਰਨ ਆਏ ਹਾਂ। ਜਿਹੜੇ ਰੱਬ ਨੇ ਸਾਨੂੰ ਦੁਨੀਆਂ ਵਿੱਚ ਭੇਜਿਆ, ਆ ਦੁਨੀਆਂ ਵਿਖਾਈ ਹੈ, ਇਹਦਾ ਵੀ ਕੋਈ ਪ੍ਰਯੋਜਨ ਹੋਏਗਾ। ਕੀ ਕਰਨਾ ਹੈ ਦੁਨੀਆਂ ਤੇ ਜੀ? ਬੱਚੇ ਪਾਲਣ ਵਾਸਤੇ ਆਏ ਹਾਂ? ਦੁਨੀਆਂ ਤੇ ਵੱਡੇ ਵੱਡੇ ਘਰ ਬਣਾਉਣ ਵਾਸਤੇ ਆਏ ਹਾਂ ਜੀ? ਨਹੀਂ। ਜੇ ਅਸੀਂ ਦੁਨੀਆਂ ਤੇ ਬੱਚੇ ਪਾਲਣ ਵਾਸਤੇ ਆਏ ਹੁੰਦੇ, ਬੱਚੇ ਤਾਂ ਪਸ਼ੂ ਪੰਛੀਆਂ ਦੇ ਵੀ ਪਲ ਜਾਂਦੇ ਆ ਜੀ। ਜੇ ਅਸੀਂ ਦੁਨੀਆਂ ਤੇ ਖਾਣ ਪੀਣ ਵਾਸਤੇ ਆਏ ਹੁੰਦੇ, ਖਾਂਦੇ ਤਾਂ ਪਸ਼ੂ ਪੰਛੀ ਵੀ ਹੈ, ਸਾਡੇ ਤੇ ਪਸ਼ੂਆਂ ਵਿੱਚ ਫਿਰ ਕੀ ਅੰਤਰ ਹੋਇਆ? ਜੇ ਅਸੀਂ ਦੁਨੀਆਂ ਤੇ ਸੌਂ ਕੇ ਚਲੇ ਗਏ, ਖਾ ਪੀ ਕੇ ਚਲੇ ਗਏ, ਬੱਚੇ ਪਾਲ ਕੇ ਚਲੇ ਗਏ, ਵੱਡੇ ਵੱਡੇ ਮਕਾਨ ਇਕੱਲੇ ਬਣਾ ਕੇ ਚਲੇ ਗਏ, ਫਿਰ ਸਾਡੇ ਤੇ ਪਸ਼ੂਆਂ ਵਿੱਚ ਕੀ ਅੰਤਰ ਹੋਇਆ ਜੀ? ਖਾਂਦੇ ਪਸ਼ੂ ਪੰਛੀ ਵੀ ਹੈ, ਸੌਂਦੇ ਪਸ਼ੂ ਪੰਛੀ ਵੀ ਹੈ, ਬੱਚੇ ਪਸ਼ੂ ਪੰਛੀਆਂ ਦੇ ਵੀ ਪਾਲੇ ਜਾਂਦੇ ਹੈ, ਘਰ ਆਪਣਾ ਇੱਕ ਪੰਛੀ ਵੀ ਬਹੁਤ ਸੋਹਣਾ ਬਣਾ ਲੈਂਦਾ। ਏਦਾਂ ਦਾ ਆਲਣਾ ਇਨਸਾਨ ਨਹੀਂ ਬਣਾ ਸਕਦਾ ਜਿੱਦਾਂ ਦਾ ਆਲਣਾ ਇੱਕ ਪੰਛੀ ਬਣਾਉਂਦਾ ਜੀ। ਜੇ ਇਹੀ ਚੀਜ਼ਾਂ ਕਰਕੇ ਆਪਾਂ ਦੁਨੀਆਂ ਤੇ ਚਲੇ ਗਏ, ਫਿਰ ਸਾਡੇ ਤੇ ਪਸ਼ੂਆਂ ਵਿੱਚ ਕੀ ਅੰਤਰ ਹੋਇਆ? ਸਾਡੀ ਜ਼ਿੰਦਗੀ ਦਾ ਕੋਈ ਮਨੋਰਥ ਹੈ? ਸਾਡੀ ਜ਼ਿੰਦਗੀ ਦਾ ਕੋਈ ਪ੍ਰਯੋਜਨ ਹੈ? ਰੱਬ ਨੇ ਸਾਨੂੰ ਦੁਨੀਆਂ ਤੇ ਭੇਜਿਆ, ਆ ਮਨੁੱਖਾ ਸਰੀਰ ਨੂੰ ਮਹਾਰਾਜ ਨੇ ਇੱਕ ਘੱਟ 84 ਲੱਖ ਜੂਨਾਂ ਵਿੱਚੋਂ ਸ੍ਰੇਸ਼ਟ ਜੂਨੀ ਕਿਹਾ। ਮਨੁੱਖ ਪ੍ਰਭ ਦੀ ਵਡਿਆਈ, ਮਨੁੱਖਾ ਸਰੀਰ ਨੂੰ ਵਡਿਆਈ ਦਿੱਤੀ ਹੈ ਮਹਾਰਾਜ। ਕਹਿੰਦੇ ਇਹ ਤੇਰਾ ਸਰੀਰ ਸਾਰੀਆਂ ਜੂਨਾਂ ਵਿੱਚੋਂ ਸ੍ਰੇਸ਼ਟ ਹੈ, ਉੱਤਮ ਹੈ, ਵਧੀਆ ਸਰੀਰ ਹੈ ਤੇਰਾ। ਹੋਰ ਜੂਨਾਂ ਨੂੰ ਸੋਚਣ ਸ਼ਕਤੀ ਨਹੀਂ ਮਿਲੀ, ਤੈਨੂੰ ਰੱਬ ਨੇ ਆ ਦਿਮਾਗ ਦਿੱਤਾ, ਇਹ ਦਿਮਾਗ ਨਾਲ ਸੋਚਿਆ ਕਰ ਦੁਨੀਆਂ 'ਚ ਕਰਨ ਕੀ ਆਇਆ। ਆ ਬਾਬਾ ਜੀ ਤੁਹਾਨੂੰ ਹਰ ਰੋਜ਼ ਰਹਿਰਾਜ ਸਾਹਿਬ ਦੀ ਬਾਣੀ ਵਿੱਚ ਪੜ੍ਹ ਕੇ ਸੁਣਾਉਂਦੇ ਹੈ ਕੀ ਕਰਨਾ ਹੈ ਦੁਨੀਆਂ ਵਿੱਚ। ਭਈ ਪ੍ਰਾਪਤ ਮਾਨੁੱਖ ਦਿਓ ਹਰੀਆ, ਗੋਬਿੰਦ ਮਿਲਣ ਕੀ। ਆ ਤੈਨੂੰ ਮਨੁੱਖਾ ਜਾਮਾ ਜਿਹੜਾ ਮਿਲਿਆ ਨਾ, ਇਹਨੂੰ ਐਵੀਂ ਨਾ ਸਵਾਸ ਅਜਾਈ ਨਾ ਗਵਾਈ ਜਾ। ਕਿਸੇ ਵਿਦਵਾਨ ਦੀਆਂ ਬੜੀਆਂ ਸੋਹਣੀਆਂ ਲੈਣਾ, ਕਹਿੰਦੇ ਗੁਰਸਿੱਖਾ ਚੇਤੇ ਰੱਖੀ, ਆ ਸਵਾਸਾਂ ਨੂੰ ਐਵੀਂ ਨਾ ਗਵਾ। ਜਿੱਦਣ ਮੌਤ ਨੇ ਆ ਜਾਣਾ ਉੱਦਣ ਤੈਨੂੰ ਨਾਲ ਲੈ ਜਾਣਾ, ਇੱਕ ਸਵਾਸ ਨਹੀਂ ਵਾਧੂ ਦੁਨੀਆਂ ਤੇ ਰਹਿ ਸਕਦਾ। ਕੋਈ ਹੈ ਜੀ? ਜਿੱਦਣ ਮੌਤ ਆਈ ਇੱਕ ਸਵਾਸ ਵੀ ਅਸੀਂ ਦੁਨੀਆਂ ਤੇ ਵਾਧੂ ਲੈ ਲਈਏ,
आ दुनिया ते वड्डे वड्डे राजे होए है। एक राजे नूं तुसीं पिछे जे फूक के हटे हो, बाणी ने उहनूं आखिया मूर्ख रावण क्या लै गया। क्यों मूर्ख आखिया रावण नूं? क्योंकि रावण दे मन विच इह सी वी मैं दुनिया तो जाणा ही नहीं। आखो सतनाम श्री वाहिगुरु। क्योंकि उहने नाम जप के वर इहो जे ले सी। ਉਹ ਆਖਦਾ ਸੀ ਮੈਂ ਮੌਤ ਨੂੰ ਆਪਣੇ ਪਾਵੇ ਦੇ ਨਾਲ ਬੰਨਿਆ ਹੋਇਆ, ਪਰ ਜਿੱਦਣ ਮੌਤ ਆਈ ਰਾਵਣ ਵਰਗਿਆਂ ਨੂੰ ਵੀ ਲੈ ਗਈ। ਹਿੰਦੁਸਤਾਨ ਦੀ ਧਰਤੀ ਦਾ ਇੱਕ ਬਹੁਤ ਵੱਡਾ ਰਾਜਾ ਹੋਇਆ ਜਿਹਦਾ ਨਾਮ ਆਇਆ ਹਰਨਾਕਸ਼। ਹਰਨਾਕਸ਼ ਨੇ ਪ੍ਰਮਾਤਮਾ ਦਾ ਨਾਮ ਜਪ ਕੇ ਇਹੋ ਜਿਹੇ ਵਰ ਲਏ ਸੀ, ਜਿਹੜਾ ਕਹਿੰਦਾ ਸੀ ਨਾ ਮੈਂ ਦਿਨੇ ਮਰਾਂ, ਨਾ ਮੈਂ ਰਾਤ ਨੂੰ ਮਰਾਂ, ਨਾ ਧਰਤੀ ਤੇ ਮਰਾਂ, ਨਾ ਆਕਾਸ਼ ਵਿੱਚ ਮਰਾਂ, ਨਾ ਘਰ ਦੇ ਅੰਦਰ ਮਰਾਂ, ਨਾ ਘਰ ਦੇ ਬਾਹਰ ਮਰਾਂ। ਇਹੋ ਜਿਹੇ ਵਰ ਲੈਣ ਵਾਲੇ ਰਾਜਿਆਂ ਤੇ ਵੀ ਜਦੋਂ ਕਾਲ ਨੇ ਆਪਣਾ ਅਸਰ ਕੀਤਾ, ਉਹ ਵੀ ਦੁਨੀਆਂ ਤੋਂ ਚਲੇ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੂੰ ਇਹ ਸੋਚਿਆ ਕਰ ਦੁਨੀਆਂ ਤੇ ਕਰਨ ਕੀ ਆਇਆ। ਤੈਨੂੰ ਰੱਬ ਨੇ ਮਨੁੱਖਾ ਸਰੀਰ ਦਿੱਤਾ, ਇਹ ਮਨੁੱਖਾ ਜਾਮਾ ਦਿੱਤਾ, ਇਹ ਮਨੁੱਖਾ ਜਾਮਾ ਐਵੇਂ ਨਾ ਗਵਾਈ ਜਾ। ਇਹ ਮਨੁੱਖਾ ਜਾਮਾ ਵਿੱਚ ਰਹਿ ਕੇ ਤੂੰ ਬਾਣੀ ਪੜਿਆ ਕਰ। ਬਾਣੀ ਵਿੱਚ ਮਹਾਰਾਜ ਕਹਿੰਦੇ ਤੂੰ ਪਰਮਾਤਮਾ ਨੂੰ ਮਿਲਣ ਵਾਸਤੇ ਆਇਆ। ਜਿੱਦਣ ਅਸੀਂ ਆਪਣੇ ਆਪੇ ਦੀ ਪੜਚੋਲ ਕਰਨੀ ਸ਼ੁਰੂ ਕਰ ਦਿੱਤੀ, ਭਗਤ ਕਬੀਰ ਸਾਹਿਬ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ, ਬਾਣੀ ਦੇ ਬਚਨ ਹੈ ਜੀ। ਭਗਤ ਕਬੀਰ ਸਾਹਿਬ ਕਹਿੰਦੇ ਐ ਬੰਦਿਆ ਆਪਣੇ ਦਿਲ ਦੀ ਹਰ ਰੋਜ਼ ਪੜਚੋਲ ਕਰਿਆ ਕਰ ਵੀ ਤੂੰ ਕੀ ਐ, ਤੂੰ ਕੀ ਕਰਨ ਆਇਆ, ਤੂੰ ਕਰ ਕੀ ਰਿਹਾ। ਸੁਣਿਓ ਜੀ ਧਿਆਨ ਨਾਲ। ਹਰ ਰੋਜ਼ ਤੁਸੀਂ ਰਾਤ ਨੂੰ ਸੌਣ ਲੱਗੇ ਸੋਚਦੇ ਹੋ ਨਾ ਵੀ ਅੱਜ ਜ਼ਿੰਦਗੀ ਵਿੱਚ ਮੈਂ ਕੀ ਖੱਟਿਆ, ਮੈਨੂੰ ਕਿੰਨਾ ਮੁਨਾਫ਼ਾ ਹੋਇਆ, ਕਿੰਨਾ ਘਾਟਾ ਪਿਆ, ਸੋਚਦੇ ਹੋ ਨਾ। ਹਰ ਰੋਜ਼ ਆਪਾਂ ਸੋਚਦੇ ਹਾਂ ਵੀ ਅੱਜ ਜ਼ਿੰਦਗੀ ਵਿੱਚ ਅਸੀਂ ਕਿੰਨਾ ਕਮਾਇਆ, ਅੱਜ ਪੂਰੇ ਦਿਨ ਵਿੱਚ ਕੋਈ ਘਾਟਾ ਤਾਂ ਨਹੀਂ ਪਿਆ ਮੈਨੂੰ, ਅੱਜ ਪੂਰੇ ਦਿਨ ਵਿੱਚ ਮੈਨੂੰ ਕਿੰਨਾ ਮੁਨਾਫ਼ਾ ਹੋਇਆ, ਮੈਂ ਪੂਰੇ ਦਿਨ ਵਿੱਚ ਕੀ ਕੀਤਾ। ਜਿੱਥੇ ਆਪਣੇ ਕੰਮਾਂ ਕਾਰਾਂ ਵਾਸਤੇ ਸੋਚਦੇ ਹੋ, ਉੱਥੇ ਹਰ ਰੋਜ਼ ਰਾਤ ਨੂੰ 5 ਮਿੰਟ ਸੌਣ ਤੋਂ ਪਹਿਲਾਂ ਇਹ ਵੀ ਸੋਚਿਆ ਕਰੋ ਵੀ ਅੱਜ ਪੂਰੇ ਦਿਨ ਵਿੱਚ ਮੈਂ ਕਿਸੇ ਦਾ ਦਿਲ ਤਾਂ ਨਹੀਂ ਦੁਖਾਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਮੈਂ ਪੂਰੇ ਦਿਨ ਵਿੱਚ ਭਲੇ ਦੇ ਕੰਮ ਕਿੰਨੇ ਕੀਤੇ ਆ, ਅੱਜ ਮੇਰੇ ਕੋਲੋਂ ਕਿਸੇ ਦਾ ਨੁਕਸਾਨ ਤਾਂ ਨਹੀਂ ਹੋਇਆ, ਅੱਜ ਮੈਂ ਰੱਬ ਦੇ ਲੇਖੇ ਕਿੰਨੀਆਂ ਘੜੀਆਂ ਲਾਈਆਂ। ਇਹਨੂੰ ਭਗਤ ਕਬੀਰ ਸਾਹਿਬ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਬੰਦਿਆ ਆਪਣੇ ਦਿਲ ਦੀ ਹਰ ਰੋਜ਼ ਖੋਜ ਕਰਿਆ ਕਰ, ਹਰ ਰੋਜ਼ ਸੋਚਿਆ ਕਰ ਵੀ ਤੂੰ ਕੀ ਕਰਦਾ, ਤੈਨੂੰ ਕਰਨਾ ਕੀ ਚਾਹੀਦਾ। ਜਿੱਦਣ ਅਸੀਂ ਆਪਣੇ ਆਪੇ ਦੀ ਰੋਜ਼ ਖੋਜ ਕਰਨੀ ਸ਼ੁਰੂ ਕਰ ਦਿੱਤੀ, ਫਿਰ ਹੋਏਗਾ ਕੀ? ਬੰਦੇ ਖੋਜ ਦਿਲ ਹਰ ਰੋਜ਼ ਕੀ ਹੋਏਗਾ? ਨਾ ਫਿਰ ਪਰੇਸ਼ਾਨੀ ਵਾਹੇ, ਤੇਰੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੰਨੀਆਂ ਤੇਰੀਆਂ ਟੈਨਸ਼ਨਾਂ ਸਾਰੀਆਂ ਖਤਮ।